उठ सवेरे स्कूले जाने आते अद्धी रात हो गई सो जा सारी दिहाड़ी सारे दुआले हो रहे ना हाथी जाए सो जा ढोल वजदे सी जिहड़ी आम आदमी पार्टी नहीं है भगवंत मान होना दी ओह जित गए ਤਾਂ ਲੋਕ ਖੁਸ਼ੀਆਂ ਮਨਾਉਂਦੇ ਸੀ ਪਾਪਾ ਜਿਹੜੀ ਪਹਿਲਾਂ ਸਰਕਾਰ ਬਾਦਲੀ ਉਹ ਹਾਰ ਗਏ ਹਾਂ ਪੁੱਤ ਬਾਦਲ ਸਰਕਾਰ ਤਾਂ ਹਾਰ ਗਈ ਆ ਪਾਪਾ ਇਹ ਹੁਣ ਕਦੇ ਵਾਪਸ ਨਹੀਂ ਆਉਣਗੇ ਪੁੱਤ ਵਾਪਸ ਉਹਨਾਂ ਨੇ ਕੀ ਆਉਣਾ ਆ ਡਾਇਨਾਸੌਰ ਭਾਵਾਂ ਵਾਪਸ ਆ ਜਾਣਗੇ ਪਰ ਬਾਦਲ ਹੁਣ ਕਦੇ ਨਹੀਂ ਆਉਂਦੇ ਸਿੱਧੂ ਸਾਹਿਬ ਜੋ ਤੁਸੀਂ ਸਾਰਾ ਕੁਛ ਕੀਤਾ ਆ ਇਹ ਭਗਵੰਤ ਮਾਨ ਨੂੰ ਜਿਹੜੀਆਂ 90-92 ਸੀਟਾਂ ਗਈਆਂ ਨਾ ਉਹਦਾ ਸਾਰਿਆਂ ਦਾ ਸਿਰ ਥੋੜੇ ਚਿਰ ਹੀ ਵੱਜਦਾ ਥਣਦਾਰ ਨੂੰ ਖੰਗਾਰਾ ਮਾਰੇ ਪੈਂਟ ਕਰ ਦਿੰਦਾ ਗਿੱਲੀ ਠੋਕੋ ਤਾੜੀ ਇਹਦੇ ਨਾਂ ਦੀ ਕਿਉਂਕਿ ਇਹ ਸਾਰਾ ਕੁਛ ਤੁਸੀਂ ਹੀ ਕਰਾਇਆ ਆਪਦੀ ਸਿਆਸਤ ਜਿਹੜੀ ਆ ਉਹ ਤੁਹਾਡੇ 'ਤੇ ਇਲਜ਼ਾਮ ਲਾਉਂਦੀ ਆ ਕਿ ਪੰਜਾਬ 'ਚ ਜਿਹੜਾ ਨਸ਼ਾ ਆ ਚਿੱਟਾ ਆ ਉਹ ਜਿਹੜਾ ਆ ਉਹਦੇ ਇਲਜ਼ਾਮ ਤੁਹਾਡੇ 'ਤੇ ਲੱਗ ਰਹੇ ਕੀ ਕਹਿਣਾ ਚਾਹੋਗੇ ਤੁਸੀਂ ਪਿਛਲੇ 50 ਸਾਲਾਂ ਦੇ ਵਿੱਚ ਜੋ ਸਿਆਸਤ ਗੰਦੀ ਸਿਆਸਤ ਸਾਡੇ ਪਰਿਵਾਰ ਨਾਲ ਖੇਡੀ ਗਈ ਹੈ ਝੂਠੇ ਇਲਜ਼ਾਮ ਨਸ਼ੇ ਦੇ ਮੇਰੇ ਭਰਾ ਅਤੇ ਮੇਰੇ ਘਰ ਵਾਲੇ 'ਤੇ ਲਾਏ ਗਏ ਅਤੇ ਬੇਅਦਬੀਆਂ ਦੇ ਇਲਜ਼ਾਮ ਜੋ ਸਾਡੇ ਉੱਤੇ ਲਾਏ ਗਏ ਬਸ ਉਹ ਸਾਡੇ ਨਾਲ ਇੱਕ ਤਰ੍ਹਾਂ ਦਾ ਬਦਲਾ ਲੈਣ ਵਾਸਤੇ ਗੰਦੀ ਸਿਆਸਤ ਦਾ ਸ਼ਿਕਾਰ ਹੋਇਆ ਮੇਰਾ ਪਰਿਵਾਰ ਅਤੇ ਮੈਂ ਬਸ ਆਹੀ ਕਹਿਣਾ ਚਾਹਵਾਂਗੀ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੈਂ ਇਹੀ ਬਸ ਕਹਿਣਾ ਆ ਕਿ ਉਹਨਾਂ ਦਾ ਕੱਖ ਨਾ ਰਵੇ ਜਿਨ੍ਹਾਂ ਨੇ ਇਹ ਗੰਦੀ ਸਿਆਸਤ ਜਿਨ੍ਹਾਂ ਨੇ ਨਸ਼ੇ ਦਾ ਵਪਾਰ ਕੀਤਾ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਉਹਨਾਂ ਦਾ ਕੱਖ ਨਾ ਰਵੇ ਕਿਉਂਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਅਦਾਲਤ ਤੋਂ ਵੱਡਾ ਹੋਰ ਕੁਝ ਵੀ ਨਹੀਂ ਕੋਈ ਲੈਣ ਦੇਣ ਹੋਵੇ ਜੇ ਮੇਰੇ ਖਸਮ ਦਾ ਕੋਈ ਲੈਣ ਦੇਣ ਹੋਵੇ ਤੇ ਜਿਹਨੇ ਏਦਾਂ ਸਾਰਾ ਕੁਛ ਕੀਤਾ ਹੋਵੇ ਮੈਂ ਗੁਰੂ ਰਾਮਦਾਸ ਜੀ ਨੂੰ ਹਾਜ਼ਰ ਨਜ਼ਰ ਰੱਖ ਕੇ ਮੈਂ ਕਹਿੰਦੀ ਉਹਦਾ ਕੱਖ ਨਾ ਗੁਰੂ ਰਾਮਦਾਸ ਜੀ ਗੱਲ ਕਾਹਤੋਂ ਕੀਤੀ ਬਾਬੇ ਜੀ ਗੱਲ ਕਾਹਤੋਂ ਕੀਤੀ ਲੈ ਹੁਣ ਕੱਖ ਨਹੀਂ ਰਿਹਾ ਉੱਥ ਸਵੇਰੇ ਸਕੂਲੇ ਜਾਣੇ ਆਦੇ ਤੇ ਅੱਧੀ ਰਾਤ ਹੋ ਗਈ ਆ ਸੋ ਜਾ ਸਾਰੀ ਦਿਹਾੜੀ ਸਾਡੇ ਦੁਆਲੇ ਹੋਇਆ ਰਹਿੰਦਾ ਹਾਥੀ ਜਾ ਦੇ ਸੋ ਜਾ ਪਾਪਾ ਯਾਰ ਦੀ ਢੋਲ ਕਦੋਂ ਵੱਜ ਰਹੀ ਉਹ ਪੁੱਤ ਢੋਲ ਤਾਂ ਵੱਜਦੇ ਸੀ ਜਿਹੜੀ ਆਮ ਆਦਮੀ ਪਾਰਟੀ ਨਹੀਂ ਹੈ ਭਗਵੰਤ ਮਾਨ ਉਹਨਾਂ ਦੀ ਉਹ ਜਿੱਤ ਗਏ ਤਾਂ ਲੋਕ ਖੁਸ਼ੀਆਂ ਮਨਾਉਂਦੇ ਸੀ ਪਾਪਾ ਜਿਹੜੀ ਪਹਿਲਾਂ ਸਰਕਾਰ ਬਾਦਲੀ ਉਹ ਹਾਰ ਗਏ ਹਾਂ ਪੁੱਤ ਬਾਦਲ ਸਰਕਾਰ ਤਾਂ ਹਾਰ ਗਈ ਆ ਪਾਪਾ ਇਹ ਹੁਣ ਕਦੇ ਵਾਪਸ ਨਹੀਂ ਆਉਣਗੇ ਪੁੱਤ ਵਾਪਸ ਉਹਨਾਂ ਨੇ ਕੀ ਆਉਣਾ ਆ ਡਾਇਨਾਸੌਰ ਭਾਵਾਂ ਵਾਪਸ ਆ ਜਾਣਗੇ ਪਰ ਬਾਦਲ ਹੁਣ ਕਦੇ ਨਹੀਂ ਆਉਂਦੇ